ਸਤਿ ਸ਼੍ਰੀ ਅਕਾਲ ਜੀ। ਹਾਂਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼। ਹਾਂਜੀ, ਅੱਜ ਆਪਾਂ ਸਿੰਪਲ ਕਮੀਜ਼ ਦੀ ਕਟਾਈ ਕਰਾਂਗੇ। ਇਹ ਕਟਾਈ ਆਪਾਂ ਉਸ ਲਈ ਕਰਾਂਗੇ ਜਿਨ੍ਹਾਂ ਦੇ ਮੋਢੇ ਗਿਰਦੇ ਨੇ ਜਾਂ ਗਲੇ ਦਾ ਆਪਣਾ ਗਲਾ ਜਿਹੜਾ ਹੁੰਦਾ ਪਿੱਛੇ ਨੂੰ ਜਾਈ ਜਾਂਦਾ, ਠੀਕ ਹੈ ਜੀ। ਉਸ ਲਈ ਉਸ ਬੇਸ 'ਤੇ ਆਪਾਂ ਇਹ ਜਿਹੜੀ ਕਮੀਜ਼ ਦੀ ਕਟਾਈ ਕਰਾਂਗੇ। ਲਓ ਜੀ, ਕੱਪੜਾ ਆਪਾਂ ਪਹਿਲਾਂ ਖੋਲ੍ਹ ਕੇ ਤੁਹਾਨੂੰ ਦਿਖਾਇਆ। ਹਾਂਜੀ, ਹੁਣ ਦੋਨੋਂ ਪੱਲੇ ਆਪਾਂ ਇਕੱਠੇ ਕਰਕੇ ਫਿਰ ਇਸ 'ਤੇ ਚਾਰ ਪੀਸ ਆਪਾਂ ਜਾਣੀ ਬਣ ਜਾਣੇ, ਠੀਕ ਹੈ ਜੀ। ਡਬਲ ਕਰਕੇ ਆਪਾਂ ਕਮੀਜ਼ ਦੇ ਜਿਹੜੇ ਪੱਲੇ ਪਹਿਲਾਂ ਉਤਾਰ ਲੈਣੇ ਆ, ਠੀਕ ਹੈ ਜੀ। ਲਓ ਜੀ, ਹੁਣ ਆਪਾਂ ਇਸਦੀ ਘੇਰਾ ਰੱਖਾਂਗੇ। ਘੇਰਾ ਆਪਾਂ ਹੈਗਾ 24 ਇੰਚ ਤਿਆਰ, ਠੀਕ ਹੈ ਜੀ। 2 ਇੰਚ ਆਪਾਂ ਵੱਧ ਰੱਖਾਂਗੇ, 26 ਇੰਚ ਆਪਾਂ ਰੱਖਾਂਗੇ, ਠੀਕ ਹੈ ਜੀ। ਲੰਬਾਈ ਆਪਣੀ ਹੈਗੀ ਹੈ 40 ਇੰਚ, ਆਪਾਂ ਇਸਦੀ ਕਟਾਈ ਕਰਾਂਗੇ 43 ਇੰਚ, 3 ਇੰਚ ਵੱਧ, ਠੀਕ ਹੈ ਜੀ। ਪਹਿਲਾਂ ਆਪਾਂ ਘੇਰੇ ਦਾ ਮਾਰਜਨ ਲਾ ਲਈਏ, ਜਿਹੜਾ ਆਪਾਂ ਘੇਰਾ ਆਪਾਂ ਇਹ 'ਚ 2 ਇੰਚ ਜਿਹੜਾ ਕੱਪੜਾ ਆਪਾਂ ਘੇਰੇ ਲਈ ਜਿਹੜਾ ਫੋਲਡਿੰਗ ਕਰਨਾ, ਠੀਕ ਹੈ ਜੀ, ਉਹਦਾ ਨਿਸ਼ਾਨ ਲਗਾ ਲਿਆ। ਲਓ ਜੀ, ਇਹ ਆਪਣਾ ਫੋਲਡਿੰਗ ਦਾ ਹੋ ਗਿਆ 2 ਇੰਚ, ਠੀਕ ਹੈ ਜੀ। ਹੁਣ ਆਪਣੀ ਲੈਂਥ ਆ ਗਈ, ਲੰਬਾਈ ਜਿੰਨੀ ਆਪਾਂ ਰੱਖਣੀ ਆ ਆਪਣੀ ਕਮੀਜ਼ ਦੀ, ਠੀਕ ਹੈ ਜੀ। ਲੰਬਾਈ ਆਪਾਂ ਰੱਖਣੀ ਆ 40 ਇੰਚ ਤਿਆਰ, ਠੀਕ ਹੈ ਜੀ। 1 ਇੰਚ ਆਪਾਂ ਵੱਧ ਰੱਖਾਂਗੇ, ਆਪਣਾ 1/2 ਇੰਚ ਸਿਲਾਈ ਦਾ ਹੋ ਗਿਆ, 1/2 ਇੰਚ ਆਪਾਂ ਜਿਹੜੀ ਕਾਟ ਪਾਉਣੀ ਆ, ਠੀਕ ਹੈ ਜੀ। 41 ਇੰਚ ਆਪਾਂ ਰੱਖਾਂਗੇ, 2 ਇੰਚ ਆਪਣਾ ਮਾਰਜਨ ਹੋ ਗਿਆ ਜੀ, 3 ਇੰਚ ਆਪਣਾ ਜਿਹੜਾ ਇਹ ਮਾਰਜਨ ਹੋ ਗਿਆ। ਲਓ ਜੀ, ਇਸੇ ਤਰ੍ਹਾਂ ਆਪਾਂ ਇੱਧਰ ਨਿਸ਼ਾਨ ਲਗਾ ਲਾਂਗੇ। ਪਹਿਲਾਂ ਆਪਾਂ ਲੰਬਾਈ ਉਤਾਰ ਲਾਂਗੇ ਇਸਦੀ, ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖਿਓ ਪਲੀਜ਼। ਲਓ ਜੀ, ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਜਿਹੜਾ ਸਾਈਡ ਵਾਲਾ ਉਹਨੂੰ ਉਤਾਰ ਦਾਂਗੇ। ਲਓ ਜੀ, ਆਪਾਂ ਉਤਾਰਤਾ ਸਾਈਡ ਤੋਂ ਕੱਪੜਾ ਪਹਿਲਾਂ, ਉਸ ਤੋਂ ਬਾਅਦ ਆਪਾਂ ਹੁਣ ਕਾਟਾ ਪਾਵਾਂਗੇ। ਇੱਥੋਂ ਧਿਆਨ ਨਾਲ ਦੇਖਿਓ ਪਲੀਜ਼। ਲਓ ਜੀ, ਇਸਦਾ ਆਪਾਂ ਗਲਾ ਰੱਖਣਾ ਹੈ ਜੀ 7 ਇੰਚ, ਠੀਕ ਹੈ ਜੀ। 7 ਇੰਚ ਦਾ ਆਪਾਂ ਜੇ ਆਪਾਂ ਜੀ ਜਿੰਨਾ ਆਪਾਂ ਤੀਰਾ ਲੈਣਾ ਆ ਉਸ ਤੋਂ ਆਪਾਂ 1/2 ਇੰਚ ਵੱਧ ਆਪਾਂ ਮੋਢਾ ਦਾ ਕਟਾਈ ਕਰਦੇ ਹਾਂ ਮੋਢੇ ਦੀ, ਠੀਕ ਹੈ ਜੀ। ਆਪਾਂ ਤੀਰਾ ਲਿਆ ਇਹ 6.5 ਇੰਚ, ਠੀਕ ਹੈ ਜੀ। 6.5 ਤੋਂ ਆਪਾਂ 1/2 ਇੰਚ ਵੱਧ ਲਵਾਂਗੇ, 7 ਇੰਚ ਆਪਾਂ ਮੋਢੇ ਦੀ ਕਟਾਈ ਕਰਾਂਗੇ, ਠੀਕ ਹੈ ਜੀ। ਲਓ ਜੀ, ਤੀਰਾ ਤੁਸੀਂ ਜਿੰਨਾ ਵੀ ਲੈਣਾ ਆ, ਜਿਵੇਂ 7-8 ਇੰਚ ਤੱਕ ਗਲੇ ਜਿਹੜੇ ਆਪਣੇ ਵੱਡੇ ਹੁੰਦੇ ਆ, 4-5 ਤੋਂ ਬਾਅਦ ਜਿਹੜੇ ਆਪਣੇ ਗਲੇ ਹੁੰਦੇ ਨੇ ਵੱਡੇ ਗਲੇ, ਉਹਦੇ ਲਈ ਆਪਾਂ 6 ਜਾਂ 6.5 ਆਪਾਂ ਤੀਰਾ ਲੈਣਾ ਆ, ਠੀਕ ਹੈ ਜੀ। ਉਸ ਤੋਂ ਆਪਾਂ ਨੇ ਫਿਰ 1 ਇੰਚ ਵੱਧ ਜਿਹੜਾ ਮੋਢੇ ਦੀ ਕਟਾਈ ਕਰਨੀ ਆ, ਠੀਕ ਹੈ ਜੀ। ਇਹ ਆਪਣੀ ਮੋਢੇ ਦੀ ਕਟਾਈ ਦਾ ਜਿਹੜਾ ਮੈਥਡ ਆ। ਲਓ ਜੀ, ਇਹ ਹੁਣ ਆਪਣਾ ਪਹਿਲਾਂ ਅਪਰ ਬ੍ਰੈਸਟ ਦਾ ਨਿਸ਼ਾਨ ਆ ਗਿਆ, ਛਾਤੀ ਦੇ ਨਿਸ਼ਾਨ ਤੋਂ ਨੀਚੇ 2.5 ਇੰਚ ਨੀਚੇ। ਹਾਂਜੀ, ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ। ਲਓ ਜੀ, ਕਮਰ ਆਪਾਂ ਰੱਖੀ ਹੈ 15 ਇੰਚ 'ਤੇ, ਹਿੱਪ ਆਪਣੀ ਆਊਗੀ 23 ਇੰਚ 'ਤੇ। ਜਿਹੜੀ ਆਪਣੀ ਇਹ ਮੋਢੇ ਤੋਂ ਨੀਚੇ ਵਾਲੀ ਸਿਲਾਈ ਹੈ 15 ਇੰਚ, ਆਪਣੀ ਸਾਈਡ ਵਾਲੀ ਸਿਲਾਈ ਜਿਹੜੀ 15 ਇੰਚ ਤਿਆਰ ਹੋਊਗੀ। ਹਾਂਜੀ, ਪਹਿਲਾਂ ਆਪਾਂ ਨਿਸ਼ਾਨ ਮਿਲਾ ਲਈਏ ਕਮਰ ਦਾ ਅਤੇ
ਹਿੱਪ ਦਾ, ਠੀਕ ਹੈ ਜੀ। ਅਤੇ 15 ਇੰਚ 'ਤੇ ਆਪਣੀ ਕਮਰ ਆ ਗਈ, 2.5 ਇੰਚ ਦੀ ਆਪਣੀ ਅਪਰ ਬ੍ਰੈਸਟ ਦਾ ਨਿਸ਼ਾਨ ਆ ਗਿਆ। ਲਓ ਜੀ, ਹਾਂਜੀ, ਹੁਣ ਆਪਣਾ ਆ ਗਿਆ ਛਾਤੀ ਦਾ ਨਿਸ਼ਾਨ ਜਿਹੜਾ ਆਪਾਂ ਲਾਉਣਾ ਉੱਪਰ, ਠੀਕ ਹੈ ਜੀ। ਹਾਂਜੀ, ਛਾਤੀ ਆਪਣੀ ਹੈਗੀ ਹੈ 24 ਇੰਚ, ਉਸਦਾ ਆਪਾਂ ਅੱਧਾ ਲਗਾਵਾਂਗੇ 12 ਇੰਚ, ਠੀਕ ਹੈ ਜੀ। ਇੱਥੇ ਆਪਣੇ ਜਿੱਥੇ ਆਪਾਂ ਜਿਹੜਾ 2.5 ਇੰਚ ਦਾ ਨਿਸ਼ਾਨ ਨੀਚੇ ਲਾਇਆ, ਇੱਥੇ ਆਪਾਂ ਤਿਆਰ ਜਿਹੜਾ ਆਪਣੀ ਛਾਤੀ ਜਿੰਨੀ ਹੋਊਗੀ ਉਹਦਾ ਲਾ ਲੈਣਾ ਹੈ ਨਿਸ਼ਾਨ, ਠੀਕ ਹੈ ਜੀ, 12 ਇੰਚ ਦਾ। ਇਹ ਆਪਣੀ ਕਮਰ ਦਾ ਨਿਸ਼ਾਨ ਆ ਗਿਆ, ਕਮਰ 11 ਇੰਚ, 22 ਇੰਚ ਰੈਡੀ ਸੀ, ਹਾਂਜੀ, 12 ਇੰਚ ਆਪਣਾ ਹਿੱਪ ਦਾ ਆ ਗਿਆ, 24 ਇੰਚ ਤਿਆਰ ਆ ਹਿੱਪ, ਜਿਸ ਤਰ੍ਹਾਂ ਆਪਣਾ ਘੇਰਾ ਤਿਆਰ ਆ। ਹੁਣ ਇਹ ਆ ਗਿਆ ਛਾਤੀ ਦਾ ਨਿਸ਼ਾਨ, ਠੀਕ ਹੈ ਜੀ। ਛਾਤੀ ਦਾ ਨਿਸ਼ਾਨ ਆਪਾਂ ਜਿਹੜਾ ਆਪਣੇ ਅਪਰ ਬ੍ਰੈਸਟ ਤੋਂ ਆਪਾਂ ਨੇ 1/2 ਇੰਚ ਘੱਟ ਲਾਉਣਾ ਹੈ, ਠੀਕ ਹੈ ਜੀ। ਛਾਤੀ ਦਾ ਨਿਸ਼ਾਨ ਦੇਖੋ, 12 ਇੰਚ ਆਪਣਾ ਅਪਰ ਬ੍ਰੈਸਟ ਆ, ਇਹਦੇ ਨਾਲ ਆਪਾਂ 1/2 ਇੰਚ ਘੱਟ ਲਾਉਣਾ ਹੈ, 11.5 ਇੰਚ ਆਪਾਂ ਨੇ ਛਾਤੀ ਦਾ ਨਿਸ਼ਾਨ ਲਾਉਣਾ, ਦੇਖੋ, ਠੀਕ ਹੈ ਜੀ। ਹੁਣ ਇਹ ਨਿਸ਼ਾਨ ਆਪਾਂ ਇੱਦਾਂ ਮੈਚ ਕਰ ਦਾਂਗੇ, ਦੇਖੋ, ਮਿਲਾ ਦਾਂਗੇ। ਇੱਥੋਂ ਆਪਾਂ ਥੋੜ੍ਹੀ ਜਿਹੀ ਗੁਲਾਈ ਦੇ ਨਾਲ ਆਪਾਂ ਸਿਲਾਈ ਲਗਾਵਾਂਗੇ, ਠੀਕ ਹੈ ਜੀ। ਹਾਂਜੀ, ਹੁਣ ਆਪਾਂ ਨਿਸ਼ਾਨ ਇਹ ਮਿਲਾ ਤੇ, 1/2 ਇੰਚ ਆਪਣਾ ਕਾਟ ਦਾ ਹੋ ਗਿਆ, ਠੀਕ ਹੈ ਜੀ। ਇੱਥੇ ਆਪਣਾ ਨੀਚੇ ਇਹ 6.5 ਇੰਚ ਬਚ ਗਿਆ, ਠੀਕ ਹੈ, 1/2 ਇੰਚ ਕਾਟ ਦਾ ਹੋ ਗਿਆ, 7 ਇੰਚ ਆਪਾਂ ਮੋਢਾ ਕੱਟਿਆ ਸੀ, ਠੀਕ ਹੈ ਜੀ। 6.5 ਦਾ ਆਪਾਂ 1/2 ਕਰ ਲੈਣਾ, ਸੈਂਟਰ 'ਚ ਆਪਾਂ ਨਿਸ਼ਾਨ ਲਗਾ ਕੇ, ਦੇਖੋ, ਹੁਣ ਇੱਥੋਂ ਆਪਾਂ ਮੋਢੇ ਦੀ ਕਾਟ ਪਾਵਾਂਗੇ। ਪਹਿਲਾਂ ਆਪਾਂ ਪਿੱਛੇ ਵਾਲੇ ਦੋਨੋਂ ਮੋਢਿਆਂ ਦੀ ਇਕੱਠਿਆਂ ਦੀ ਕਾਟ ਪਾ ਲਾਂਗੇ, ਹਾਂਜੀ, 7 ਇੰਚ ਆਪਣਾ ਕਟਾਈ ਕੀਤਾ ਸੀ ਆਪਾਂ ਨੇ ਇਹ। ਲਓ ਜੀ, ਇੱਥੋਂ ਆਪਾਂ ਲੈਣੀ ਆ 1.5 ਇੰਚ, ਠੀਕ ਹੈ ਜੀ। ਇਹ ਅੱਗੇ ਵਾਲੇ ਮੋਢੇ ਦੀ ਵੀ ਕਾਟ ਹੋਊਗੀ, ਪਿੱਛੇ ਵਾਲੇ ਦੀ ਵੀ, ਠੀਕ ਹੈ ਜੀ। ਅੱਗੇ ਵਾਲੀ ਕਾਟ ਆਪਾਂ ਤੁਹਾਨੂੰ ਬਾਅਦ 'ਚੋਂ ਦੱਸਦੇ ਹਾਂ, ਇਹ ਆਪਾਂ ਇਕੱਠੀ ਕਾਟ ਪਾ ਤੀ ਪਹਿਲਾਂ, ਠੀਕ ਹੈ ਜੀ। ਲਓ ਜੀ, ਇਹਨੂੰ ਐਨ ਗੁਲਾਈ ਦੇ ਵਿੱਚ ਆਪਾਂ ਪਾ ਦੇਣਾ ਹੈ, ਠੀਕ ਹੈ ਜੀ, 1.5 ਇੰਚ ਤੋਂ। ਇਹ ਡੀਪ ਨੈੱਕ ਦੇ ਹਿਸਾਬ ਨਾਲ ਆਪਾਂ ਜਿਹੜੀ ਕਾਟ ਪਾਈ ਹੈ, ਠੀਕ ਹੈ ਜੀ। 1/2 ਇੰਚ ਆਪਣਾ ਜਿਹੜਾ ਇਹ ਕਾਟ ਦਾ ਹੋ ਗਿਆ, ਠੀਕ ਹੈ ਜੀ। ਲਓ ਜੀ, ਇਹ ਆਪਣਾ ਸਾਈਡ ਤੋਂ ਜਿਹੜਾ ਮਾਰਜਨ ਆਪਾਂ ਰੱਖਿਆ ਉਹ 2-2 ਇੰਚ ਆਪਾਂ ਵੱਧ ਰੱਖਤਾ, ਠੀਕ ਹੈ ਜੀ। 2 ਇੰਚ ਮਾਰਜਨ ਦਾ ਹੋ ਗਿਆ, 1.5 ਇੰਚ ਆਪਣਾ ਇੱਥੇ ਹਿੱਪ 'ਤੇ ਆ ਗਿਆ, ਹਾਂਜੀ। ਹੁਣ ਆਪਾਂ ਇਸਦੀ ਕਟਿੰਗ ਕਰਾਂਗੇ, ਜਿਹੜਾ ਆਪਾਂ ਤੀਰੇ ਦੀ 1/2 ਇੰਚ ਦੀ ਕਟਿੰਗ ਕਰਨੀ ਉਹ ਆਪਾਂ ਤੁਹਾਨੂੰ ਬਾਅਦ 'ਚੋਂ ਦੱਸਦੇ ਹਾਂ, ਠੀਕ ਹੈ ਜੀ। ਪਹਿਲਾਂ ਆਪਾਂ ਮੋਢਾ ਕੱਟ ਅਤੇ ਜਿਹੜਾ ਆਪਾਂ ਵੱਧ ਕੱਪੜਾ ਰੱਖਿਆ ਉਸ ਤੋਂ ਵੱਧ ਆਪਾਂ ਕੱਟ ਦਾਂਗੇ, ਥੋੜ੍ਹੇ ਜਿਹੇ ਵੱਧ ਜਿਹੜਾ ਆਪਣਾ ਵੱਧ ਦਾ ਘੱਟ ਦਾ ਆਪਾਂ ਉਸਦੀ ਕਟਾਈ ਕਰ ਦਾਂਗੇ,
ਲਓ ਜੀ, ਹੁਣ ਆਪਾਂ ਪਿੱਛੇ ਵਾਲਾ ਪੱਲਾ ਕੱਟਾਂਗੇ। ਠੀਕ ਹੈ ਜੀ, ਆ ਦੇਖੋ ਹੁਣ ਆਪਾਂ ਪਿੱਛੇ ਵਾਲਾ ਪੱਲੇ ਦੀ ਕਟਾਈ ਕਰਨੀ ਹੈ। ਜਿਹੜਾ ਆਪਣਾ ਅੱਧਾ ਇੰਚ ਆਪਾਂ ਕਾਟ ਦਾ ਆਪਾਂ ਨਹੀਂ ਕਟਾਈ ਕੀਤਾ ਸੀ, ਹੁਣ ਆਪਾਂ ਉਸ ਨੂੰ ਕਟਾਈ ਕਰ ਦਾਂਗੇ। ਲਓ ਜੀ, ਠੀਕ ਹੈ ਜੀ, ਹੁਣ ਅੱਧਾ ਇੰਚ ਆਪਣਾ ਜਿਹੜਾ ਕੱਟਿਆ ਗਿਆ ਪਿੱਛੇ ਵਾਲੇ ਪੱਲਾ ਜਿਹੜਾ ਹੈ ਆਪਣਾ ਅੱਧਾ ਇੰਚ ਵੱਧ ਹੋ ਗਿਆ। ਠੀਕ ਹੈ ਜੀ, ਇਹ ਆਪਣਾ ਜਿਹੜਾ ਹੁਣ ਕਮੀਜ਼ ਆ ਇਹ ਹੁਣ ਪਿੱਛੇ ਨੂੰ ਨਹੀਂ ਜਾਊਗਾ। ਠੀਕ ਹੈ ਜੀ, ਇਹਦਾ ਗਲਾ, ਹਾਂਜੀ, ਹੁਣ ਆਪਾਂ ਕਾਟ ਪਾਵਾਂ ਅੱਗੇ ਵਾਲੇ ਪਾਸੇ ਦੀ। ਅੱਗੇ ਵਾਲੇ ਪਾਸੇ ਦੇ ਆਪਾਂ ਕਾਟ ਪਾਉਣੀ ਆ ਸਵਾ ਇੱਕ, ਅਤੇ ਡੇਢ ਇੰਚ ਦਾ ਆਪਾਂ ਅੱਧਾ ਕਰ ਲੈਣਾ। ਠੀਕ ਹੈ ਜੀ, ਪਹਿਲਾਂ ਆਪਾਂ ਡੇਢ ਇੰਚ ਦੀ ਪਾਈ ਆ, ਹਾਂਜੀ, ਅੱਗੇ ਵਾਲੀ ਕਾਟ ਪਊਗੀ ਸਵਾ ਇੱਕ 'ਤੇ। ਲਓ ਜੀ, ਇਸ ਤਰ੍ਹਾਂ ਮੋਢੇ ਦੀ ਕਾਟ ਪਾਉਣ ਨਾਲ ਬਿਲਕੁਲ ਮੋਢੇ ਦੇ ਵਿੱਚ ਬਲ ਨਹੀਂ ਪਊਗਾ। ਠੀਕ ਹੈ ਜੀ, ਨਾਲੇ ਗਲਾ ਜਿਹੜਾ ਆਪਣਾ ਉੱਪਰ ਨੂੰ ਨਹੀਂ ਜਾਊਗਾ। ਇਹ ਆਪਾਂ ਤੁਹਾਨੂੰ ਹੈਵੀ ਸਾਈਜ਼ ਦੇ ਹਿਸਾਬ ਨਾਲ ਦੱਸਤਾ ਸਾਰਾ ਇਹ ਆਪਾਂ ਇੱਦਾਂ ਪ੍ਰੋਸੀਜਰ, ਜਿਹੜਾ ਨਾਪ ਕੋਈ ਵੀ ਹੋਵੇ, ਹੈਵੀ ਹੋਵੇ ਚਾਹੇ ਹੌਲਾ ਹੋਵੇ ਪਤਲੇ ਬੰਦੇ ਦਾ ਹੋਵੇ, ਠੀਕ ਹੈ ਜੀ, ਉਹ ਆਪਾਂ ਇੱਦਾਂ ਹੀ ਹੋਊਗਾ। ਹਾਂ, ਦੇਖੋ ਅੱਧਾ ਇੰਚ ਆਪਣਾ ਜਿਹੜਾ ਆਪਾਂ ਵੱਧ ਰੱਖਿਆ ਉਹਦੇ ਨਾਲ ਆਪਣਾ ਜਿਹੜਾ ਗਲਾ ਪਿੱਛੇ ਉੱਪਰ ਨੂੰ ਨਹੀਂ ਚੜੂਗਾ। ਠੀਕ ਹੈ ਜੀ, ਲਓ ਜੀ ਕਮੀਜ਼ ਕੱਟਤਾ, ਹਾਂਜੀ, ਹੁਣ ਬਾਹਾਂ ਕੱਟਾਂਗੇ ਆਪਾਂ। ਬਾਂਹ ਆਪਾਂ ਰੱਖੀ 19 ਇੰਚ ਰੱਖਣੀ ਹੈ ਜੀ ਕਟਾਈ ਲਈ, 17 ਇੰਚ ਆਪਣੀ ਬਾਂਹ ਤਿਆਰ ਆ। ਲਓ ਜੀ, ਜਿਹੜਾ ਵੱਧਾ ਕੱਪੜਾ ਆਪਾਂ ਕੱਟ ਦਾਂਗੇ, ਹੁਣ ਆਪਾਂ ਬਾਂਹ ਦੀ ਕਾਟ ਪਾ ਦਾਂਗੇ। ਠੀਕ ਹੈ ਜੀ, ਲਓ ਜੀ 11 ਇੰਚ ਆਪਣਾ ਕੱਪੜਾ ਇਹ ਚੌੜਾਈ 'ਚ ਆ। ਠੀਕ ਹੈ ਜੀ, ਲਓ ਜੀ ਇਹ ਮੂਰੀ ਆ ਗਈ, ਮੂਰੀ ਆਪਾਂ 8.5 ਇੰਚ ਕਟਾਈ ਦੀ ਰੱਖ ਲਾਂਗੇ, 6 ਇੰਚ ਆਪਣੀ ਰੈਡੀ ਆ। ਹਾਂਜੀ, 1.5 ਇੰਚ ਆਪਣਾ ਇਹ ਫੋਲਡਿੰਗ ਦਾ ਹੋ ਗਿਆ। ਹਾਂਜੀ, ਹੁਣ ਆਪਾਂ ਕਾਟ ਪਾਵਾਂਗੇ 3 ਇੰਚ ਤੋਂ। ਹਾਂਜੀ, ਜਿੰਨਾ ਆਪਣੀ ਛਾਤੀ ਹੁੰਦੀ ਹੈ, ਠੀਕ ਹੈ ਜੀ, ਉਸ ਦਾ ਆਪਾਂ ਅੱਧਾ ਹਿੱਸਾ ਲੈ ਲੈਣਾ ਆ, 12 ਇੰਚ। ਠੀਕ ਹੈ ਜੀ, 12 ਤੋਂ ਆਪਾਂ 1 ਇੰਚ ਘਟਾ ਕੇ ਫਿਰ ਆਪਾਂ ਇਹਦੀ ਬਾਂਹ ਦੀ ਕਟਿੰਗ ਕਰਨੀ ਹੈ। ਠੀਕ ਹੈ ਜੀ, ਲਓ ਜੀ ਹੁਣ ਇੱਥੋਂ ਆਪਾਂ ਮੋਢੇ ਦੀ ਕਾਟ ਪਾ ਦਾਂਗੇ। ਹਾਂਜੀ, ਇਹ ਆਪਣਾ ਤਿਆਰ ਹੋ ਗਿਆ ਮਾਰਜਨ, ਜਿਹੜਾ ਆਪਣਾ ਤਿਆਰ ਦਾ ਨਿਸ਼ਾਨ ਹੋ ਗਿਆ। ਲਓ ਜੀ ਇਹ ਆਪਾਂ ਟੇਢਾ ਮਿਲਾ ਕੇ ਇਸ ਤਰ੍ਹਾਂ ਫਿਰ ਆਪਾਂ ਇਹਨੂੰ ਗੁਲਾਈ ਪਾ ਦੇਣੀ ਆ। ਲਓ ਜੀ, ਇਹ ਗੁਲਾਈ ਪਾ ਤੀ, ਇਹਨੂੰ ਐਕਸਟਰਾ ਥੋੜ੍ਹਾ ਜਿਹਾ ਆਪਾਂ ਮਾਰਜਨ ਹੋਰ ਦੇ ਦਾਂਗੇ। ਠੀਕ ਹੈ, 2 ਇੰਚ ਦਾ ਮਾਰਜਨ ਆਪਾਂ ਹੋਰ ਦੇ ਕੇ ਇਸਦੀ ਕਟਾਈ ਕਰ ਦਾਂਗੇ। ਠੀਕ ਹੈ ਜੀ, ਲਓ ਜੀ
ਇਸ ਤਰ੍ਹਾਂ ਕਮੀਜ਼ ਕੱਟਣ ਨਾਲ ਆਪਾਂ ਨੂੰ ਬਿਲਕੁਲ ਪ੍ਰੋਬਲਮ ਨਹੀਂ ਆਊਗੀ, ਮੋਢੇ ਦੇ ਵਿੱਚ ਵਲ ਵੀ ਨਹੀਂ ਪਊਗਾ ਅਤੇ ਗਲਾ ਪਿੱਛੇ ਨੇ ਵੀ ਨਹੀਂ ਜਾਊਗਾ। ਠੀਕ ਹੈ ਜੀ, ਵੀਡੀਓ ਧਿਆਨ ਨਾਲ ਦੇਖਣ ਨਾਲ ਪਤਾ ਲੱਗਦਾ ਹੈ। ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਜੀ। ਲਓ ਜੀ, ਹਾਂਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼, ਕਮੈਂਟ ਕਰਕੇ ਦੱਸੋ ਸਾਨੂੰ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ। ਠੀਕ ਹੈ ਜੀ, ਓਕੇ ਜੀ, ਧੰਨਵਾਦ ਜੀ, ਥੈਂਕ ਯੂ ਜੀ।